ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਤੁਹਾਨੂੰ ਦੱਸ ਦਈਏ ਸਵੇਰੇ 8 ਵਜੇ ਸ਼ਹਿਰ ਦੇ ਮਿਲਕ ਬਾਰ ਚੌਂਕ ਤੇ ਏਐਸਆਈ ਮੁਲਕ ਰਾਜ ਨੇ ਨਾਕੇ ਦੇ ਦੌਰਾਨ ਇੱਕ ਕਾਰ ਸਵਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਯੁਵਕ ਨੇ ਗੱਡੀ ਰੋਕਣ ਦੀ ਬਜਾਏ ਏਐਸਆਈ ਦੇ ਉੱਤੇ ਗੱਡੀ ਚੜਾ ਦਿੱਤੀ ਏਐਸਆਈ ਨੂੰ 50 ਮੀਟਰ ਤੱਕ ਘੜੀਸਦਾ ਹੋਇਆ ਲੈ ਗਿਆ ਇਸ ਤੋਂ ਬਾਅਦ ਐਡੀਸ਼ਨਲ ਐਸਐਚਓ ਗੁਰਦੇਵ ਸਿੰਘ ਨੇ ਉਹਦਾ ਪਿੱਛਾ ਕਰਕੇ ਗੱਡੀ ਨੂੰ ਰੋਕਿਆ ਪੁਲਿਸ ਦੇ ਉੱਤੇ ਇਸ ਤਰ੍ਹਾਂ ਦੇ ਜਾਨਲੇਵਾ ਹਮਲੇ ਹੋਣੇ ਕੀ ਸਹੀ ਗੱਲ ਹੈ ਜਿੱਥੇ ਕਰੋਨਾ ਦਾ ਇੰਨਾ ਵੱਡਾ ਕਹਿਰ ਚੱਲ ਰਿਹਾ ਹੈ ਲਗਾਤਾਰ ਪੁਲਿਸ ਦੇ ਉੱਤੇ ਜਾਨਲੇਵਾ ਹਮਲੇ ਹੋ ਰਹੇ ਨੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਵਿੱਚ ਏਐਸਆਈ ਹਰਜੀਤ ਸਿੰਘ ਦੇ ਉੱਤੇ ਹਮਲਾ ਹੋਇਆ ਸੀ ਡਾਂਗ ਲਿਆ ਡਾਂਗ ਕੱਢ ਗਿਆ।